ਕਿਸਾਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇੱਕ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ, ਨਾਲ ਦੇ ਨਾਲ ਇਹ ਵੀ ਗੱਲ ਆਖੀ ਗਈ ਹੈਗੀ ਹੈ ਕਿ ਕੱਲਾ ਪਾਣੀਆਂ ਨੂੰ ਬਚਾਉਣ ਦਾ ਕਿਸਾਨਾਂ ਦਾ ਹੱਕ ਨਹੀਂ, ਜਿਹੜੀਆਂ ਫੈਕਟਰੀਆਂ ਹੈਗੀਆਂ ਕਿ ਜਾਂ ਆਮ ਲੋਕ ਗਏ ਉਹਨਾਂ ਨੂੰ ਵੀ ਇਸ ਚੀਜ਼ ਨੂੰ ਸਾਥ ਦੇਣਾ ਚਾਹੀਦਾ ਹੈਗਾ, ਕਿਉਂਕਿ ਅਕਸਰ ਹਰ ਕੋਈ ਨੌਜਵਾਨ ਜਿਹੜਾ ਹੈਗਾ ਕਿਸਾਨਾਂ ਨੂੰ ਹੀ ਚੰਗਾ ਮਾੜਾ ਕਹੀ ਜਾ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਉਹ ਝੋਨਾ ਲਗਾ ਰਹੇ ਹੈਗੇ ਨੇ, ਮਕਾਈ ਲਗਾ ਰਹੇ ਜਿਹਨਾਂ ਉੱਤੇ ਜ਼ਿਆਦਾ ਪਾਣੀ ਲੱਗਦਾ ਹੈਗਾ ਆ, ਤੇ ਪਾਣੀ ਦੀ ਬਰਬਾਦੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਇਹ ਜਿਹੜੇ ਇਲਜ਼ਾਮ ਜਿਹੜੇ ਹੈਗੇ ਆ ਵਕਤ ਸਮੇਂ-ਸਮੇਂ ਦੇ ਨਾਲ ਲੱਗਦੇ ਨਜ਼ਰ ਆਉਂਦੇ ਪਏ ਨੇ, ਲੇਕਿਨ ਕਿਤੇ ਨਾ ਕਿਤੇ ਹੁਣ ਕਿਸਾਨਾਂ ਦਾ ਫੁੱਟ ਗਿਆ ਹੈ ਗੁੱਸਾ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਇੱਕ ਅਹਿਮ ਜਾਣਕਾਰੀ ਵੀ ਦਿੱਤੀ ਹੈ ਕਿ ਨਾਲ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਵੱਲੋਂ, ਕਿਹਾ ਜਾ ਰਿਹਾ ਹੈਗਾ ਕਿ ਫੈਕਟਰੀਆਂ ਵਾਲੇ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਉਹ ਬਰਬਾਦ ਕਰਦੇ ਪਏ, ਕਿ ਜਿੱਥੇ ਘਰਾਂ ਵਾਲੇ ਕਈ ਆਮ ਲੋਕ ਵੀ ਜਿਹੜੇ ਹੈਗੇ ਆ ਪਾਣੀ ਦੀ ਵੇਸਟੇਜ ਕਰਦੇ ਪਏ, ਕਿਉਂਕਿ ਪਾਣੀ ਸਭ ਨੂੰ ਰਲ ਮਿਲ ਕੇ ਜਿਹੜਾ ਹੈਗਾ ਉਹਨੂੰ ਸੰਭਾਲਣ ਦੀ ਲੋੜ ਹੈਗੀ, ਨਾ ਕਿ ਕਿਸੇ ਇੱਕ ਤਰੀਕੇ ਇੱਕ ਜਾਣੇ ਨੂੰ ਹੀ, ਜਿਵੇਂ ਕਿ ਕਿਸਾਨਾਂ ਉੱਤੇ ਇਲਜ਼ਾਮ ਲੱਗਦੇ ਆ। ਇਹ ਐਲਾਨ ਜਿਹੜਾ ਹੈਗਾ ਆ ਇਹ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਉਹ ਤੁਹਾਨੂੰ ਦੱਸਦੇ ਕੀ ਕਹਿ ਰਹੇ ਨੇ ਕਿਸਾਨ ਭਰਾ। ਸੋ ਪਾਣੀ ਦੇ ਮਸਲੇ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਸਿਰਫ ਤੇ ਸਿਰਫ ਕਿਸਾਨਾਂ ਨੂੰ ਜਾਂ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਆ, ਕਿਸਾਨ ਵੀਰਾਂ ਨੂੰ, ਕਿ ਭਾਈ ਝੋਨੇ ਕਰਕੇ ਜਿਹੜਾ ਉਹ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਜਿਹੜੀ ਉਹਨਾਂ ਨੇ ਇਸ ਹੱਦ ਤੱਕ ਸਿਸਟਮ ਬਣਾਤਾ, ਕਿਸਾਨਾਂ ਦੇ ਉੱਤੇ ਗੱਲ ਥੋਪਤੀ ਕਿ ਜਿੰਨਾ ਪਾਣੀ ਆ ਔਰ ਦੁਨੀਆਂ ਦਾ ਪਾਣੀ ਆ, ਇੰਡੀਆ ਦਾ ਪਾਣੀ ਆ, ਪੰਜਾਬ ਦਾ ਪਾਣੀ ਆ, ਜਿੰਨਾ ਖਤਮ ਹੋ ਰਿਹਾ ਸਾਰਿਆਂ ਦਾ ਜ਼ਿੰਮੇਵਾਰ ਕੌਣ ਆ? ਅਖੇ ਜੀ ਕਿਸਾਨ ਆ। ਕਿਸਾਨ ਕਿਉਂ ਜ਼ਿੰਮੇਵਾਰ ਆ ਬਾਈ? ਫੈਕਟਰੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਬਹੁਤ ਸਾਰੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਔਰ ਇੰਡੀਆ ਦਾ ਪਾਣੀ, ਜਿੰਨਾ ਮੇਰੇ ਹਿਸਾਬ ਨਾਲ ਸਾਰੀ ਦੁਨੀਆਂ ਦਾ ਪਾਣੀ ਜਿਹੜਾ ਉਹ ਕੱਲੀਆਂ 4-5 ਫੈਕਟਰੀਆਂ ਜਿਹੜੀਆਂ ਉਹ ਪੀ ਜਾਂਦੀਆਂ, ਜਾਂ ਆਪਾਂ ਕਹਿ ਲਈਏ ਕੋਕਾ ਕੋਲਾ ਦੀ ਫੈਕਟਰੀ ਆ ਜਾਂ ਬਡਵਾਈਜ਼ਰ ਬੀਅਰ ਦੀ ਫੈਕਟਰੀ ਆ, ਇਹੋ ਜਿਹੀਆਂ ਫੈਕਟਰੀਆਂ ਜਿਹੜੀਆਂ ਉਹ ਕਰੋੜਾਂ ਟਨ ਪਾਣੀ ਆ ਜਿਹੜਾ ਉਹ ਪੀ ਜਾਂਦੀਆਂ, ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋ ਸਕਦਾ? ਜਾਂ ਆਪਾਂ ਕਹਿ ਲਈਏ ਜਿਵੇਂ ਬੁੱਢਾ ਨਾਲਾ ਹੋ ਗਿਆ, ਜਾਂ ਆਪਾਂ ਕਹਿ ਲਈਏ ਕਿ ਜਿਵੇਂ ਆਪਾਂ ਕਹਿੰਦੇ ਥਰਸਟੀ ਜਿਹੜੀਆਂ ਹੁੰਦੀਆਂ ਫੈਕਟਰੀਆਂ, ਥਰਸਟੀ ਫੈਕਟਰੀਆਂ ਮਤਲਬ ਕੱਪੜੇ ਦੀਆਂ ਫੈਕਟਰੀਆਂ ਜਿਹੜੀਆਂ ਇੱਕ ਕੱਪੜੇ ਤੇ ਪਤਾ ਨੀ ਕਿੰਨਾ ਕ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਖਪਤ ਉਹਨਾਂ ਦੇ ਵਿੱਚ ਲੱਗ ਜਾਂਦਾ, ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਉਹਨਾਂ ਤੇ ਕੋਈ ਐਕਸ਼ਨ ਨਹੀਂ, ਉਹਨਾਂ ਤੇ ਭਾਈ ਐਕਸ਼ਨ ਹੋਣਾ ਵੀ ਕਿਉਂ ਆ? ਸਿਰਫ ਤੇ ਸਿਰਫ ਮਾਰ ਪਾਉਣੀ ਆ ਤੁਸੀਂ ਆਮ ਬੰਦੇ ਤੇ, ਮਾਰ ਪਾਉਣੀ ਆ ਤੁਸੀਂ ਸਿਰਫ ਤੇ ਸਿਰਫ ਕਿਸਾਨਾਂ ਤੇ, ਟਾਰਗੇਟ ਕਰਨਾ ਸਿਰਫ ਤੇ ਸਿਰਫ ਤੁਸੀਂ ਕਿਸਾਨਾਂ ਨੂੰ, ਤੁਸੀਂ ਫੈਕਟਰੀਆਂ ਵਾਲਿਆਂ ਨੂੰ, ਧਰਨਾਟ ਬੰਦਿਆਂ ਨੂੰ, ਕੋਈ ਐਕਸ਼ਨ ਤੁਸੀਂ ਕ੍ਰੀਏਟ ਨਹੀਂ ਕਰਦਾ। ਜੀਰੇ ਵਾਲੀ ਫੈਕਟਰੀ ਤੇ ਜੀਰੇ ਹਲਕੇ ਦੇ ਵਿੱਚ ਤੁਹਾਨੂੰ ਵੀ ਪਤਾ ਕਿੰਨਾ ਬੁਰਾ ਹਾਲ ਆ, ਫੈਕਟਰੀ ਕਾਹਦੀ ਸੀ? ਦਾਰੂ ਦੀ ਫੈਕਟਰੀ ਸੀ। ਇਹਦਾ ਮਤਲਬ ਉੱਥੇ ਜਿਹੜਾ ਗਰਾਊਂਡ ਲੈਵਲ ਦਾ ਪਾਣੀ ਆ ਉਹ ਇੰਨਾ ਮਾੜਾ ਹੋ ਗਿਆ ਕਿ ਲੋਕ ਉੱਥੇ ਮਰ ਰਹੇ ਆ। ਫਿਰ ਉੱਥੇ ਜ਼ਿੰਮੇਵਾਰ ਕੌਣ? ਉੱਥੇ ਵੀ ਝੋਨਾ ਲੱਗਦਾ, ਉੱਥੇ ਵੀ ਫਸਲ ਉੱਗਦੀ ਆ, ਪਰ ਕਾਰਨ ਕੀ ਬਣਿਆ ਕਿ ਅਖੇ ਜੀ ਦਾਰੂ ਵਾਲੀ ਫੈਕਟਰੀ, ਫੈਕਟਰੀਆਂ ਨੇ ਜਿਹੜਾ ਪਾਣੀ ਆ ਜਿਹੜਾ ਆਪਦਾ ਬਾਹਰ ਕੱਢਣਾ ਹੁੰਦਾ ਗੰਦਾ ਪਾਣੀ, ਉਹ ਪਾਣੀ ਜਿਹੜਾ ਬਿਲਕੁਲ ਧਰਤੀ ਦੇ ਵਿੱਚ ਜਿਹੜਾ ਪਾਤਾ, ਤੇ ਫੇਰ ਜ਼ਿਆਦਾ ਇੰਨਾ ਨੁਕਸਾਨ ਹੋ ਰਿਹਾ। ਹੁਣ ਉੱਥੇ ਵੀ ਕਹਿ ਦਿਓ ਕਿ ਜੀ ਕਿਸਾਨਾਂ ਨੇ ਜਿਹੜਾ ਪਾਣੀ ਖਤਮ ਕੀਤਾ, ਭਈ ਕਿਸਾਨਾਂ ਨੇ ਪਾਣੀ ਖਰਾਬ ਕੀਤਾ, ਕਿਸਾਨਾਂ ਕਰਕੇ ਜਿਹੜੇ ਆ ਉਹ ਮਤਲਬ ਬੱਚੇ ਤੱਕ ਜਿਹੜੇ ਉਹ ਸਹੀ ਤਰ੍ਹਾਂ ਨਾਲ ਪੈਦਾ ਨਹੀਂ ਹੋ ਰਹੇ, ਉੱਥੇ ਵੀ ਕਿਸਾਨਾਂ ਦੀ ਜ਼ਿੰਮੇਵਾਰੀ ਬਣਦੀ ਆ, ਉੱਥੇ ਵੀ ਕਿਸਾਨਾਂ ਦੀ ਗਲਤੀ ਆ। ਮਤਲਬ ਫੈਕਟਰੀਆਂ ਦਾ ਕਿੰਨਾ ਗੰਦਾ ਪਾਣੀ ਹੁੰਦਾ ਹੈ, ਤੁਹਾਨੂੰ ਵੀ ਪਤਾ ਕਿੰਨਾ ਦੂਸ਼ਿਤ ਪਾਣੀ ਹੁੰਦਾ। ਉਹਨਾਂ ਨੂੰ ਇਹ ਕਿਹਾ ਹੁੰਦਾ ਕਿ ਤੁਸੀਂ ਜਿਹੜਾ ਪਾਣੀ ਆ ਇਕੱਠਾ ਕਰਨਾ, ਪਰ ਉਹ ਇਕੱਠਾ ਕਰਨ ਦੀ ਬਜਾਏ ਸਿੱਧਾ ਧਰਤੀ ਦੇ ਵਿੱਚ ਬੋਰ ਕਰਕੇ ਉਹਦੇ ਚ ਪਾਉਂਦੇ ਆ। ਫਿਰ ਉਹਨਾਂ ਦੇ ਕੋਈ ਐਕਸ਼ਨ ਨਹੀਂ? ਫਿਰ ਆਮ ਆਦਮੀ ਪਾਰਟੀ ਨੂੰ ਮੈਂ ਕਹਿੰਦਾ, ਪੁਰਾਣੀਆਂ ਸਰਕਾਰਾਂ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਤੁਸੀਂ ਲੈ ਲਓ, ਫਿਰ ਤੁਸੀਂ ਉਹਨਾਂ ਦੇ ਕਿਉਂ ਐਕਸ਼ਨ ਨਹੀਂ ਲੈ ਲਏ? ਕਿਉਂਕਿ ਸਾਰਿਆਂ ਨੇ ਸਿਰਫ ਇੱਕ ਮੇਨ ਮਕਸਦ ਬਣਾ ਲਿਆ ਕਿ ਪੈਸਾ 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 ਪੈਸਾ, ਕਿਉਂਕਿ ਉਹ ਇਹ ਗੱਲ ਕਹਿੰਦੇ ਆ, ਉਹ ਇਹ ਨਹੀਂ ਕਹਿੰਦੇ, ਲੀਡਰ ਪਾਰਟੀਆਂ ਵੀ ਇਹ ਗੱਲ ਕਹਿੰਦੀਆਂ ਕਿ ਜਿੰਨੀ ਵੱਡੀ ਫੈਕਟਰੀ ਹੋਊਗੀ ਓਨਾ ਵੱਡਾ ਸਾਨੂੰ ਕਮਿਸ਼ਨ ਆਊਗਾ, ਓਨਾ ਜ਼ਿਆਦਾ ਸਾਨੂੰ ਫੰਡ ਆਊਗਾ,
ਸਾਡੀ ਪਾਰਟੀ ਹੈ ਜਿਹੜੀ ਉਹ ਆਦੇ ਸਿਰਫ ਤੇ ਸਿਰਫ ਫੈਕਟਰੀਆਂ ਕਰਕੇ ਚੱਲ ਰਹੀ ਆ, ਫੈਕਟਰੀਆਂ ਦੇ ਕਮਿਸ਼ਨ ਕਰਕੇ ਸਾਡੀ ਪਾਰਟੀ ਚੱਲ ਰਹੀ ਆ। ਤੇ ਫਿਰ ਭਾਈ ਆਮ ਕਿਸਾਨ ਨੂੰ ਪੁੱਛੂਗਾ ਕੌਣ? ਆਮ ਕਿਸਾਨ ਨੂੰ ਪੁੱਛ ਕੇ ਲੈਣਾ ਕੀ ਆ? ਤੇ ਫਿਰ ਜਦੋਂ ਧਰਨਾ ਲਾਉਂਦੇ ਆ ਕਿਸਾਨ, ਫਿਰ ਕਹਿੰਦੇ ਜੀ ਇਹ ਤਾਂ ਅੱਤਵਾਦੀ ਆ, ਇਹ ਵੱਖਵਾਦੀ ਆ, ਇਹ ਤਾਂ ਜੀ ਬਹੁਤ ਮਾਹੌਲ ਖਰਾਬ ਕਰਦੇ ਆ, ਫਿਰ ਆਏ ਆ ਜਾਂਦੇ ਆ। ਫਿਰ ਹੁਣ ਦੱਸੋ ਕਿਸਾਨ ਜਾਵੇ ਕਿੱਧਰ? ਕਿਸਾਨ ਨੂੰ ਨਾ ਤਾਂ ਫਸਲ ਦਾ ਪੂਰਾ ਮੁੱਲ ਮਿਲਦਾ, ਜੇ ਖਰਾਬ ਹੋ ਜੇ, ਬਾਰਿਸ਼ ਆ ਜੇ, ਗੜੇਮਾਰੀ ਹੋ ਜੇ, ਉੱਥੇ ਮੁੱਲ ਨਹੀਂ ਮਿਲਦਾ, ਉੱਥੇ ਕੋਈ ਨੁਕਸਾਨ ਦੀ ਭਰਪਾਈ ਨਹੀਂ ਹੁੰਦੀ। ਤੇ ਇੱਥੋਂ ਦੇ ਲੀਡਰ ਕਹਿ ਦਿੰਦੇ ਅਸੀਂ ਤਾਂ ਜੀ ਮੁਰਗਾ ਵੀ ਮਰ ਗਿਆ ਨਾ ਤੇ ਉਹਦੇ ਵੀ ਪੈਸੇ ਦੇਵਾਂਗੇ। ਨਾ ਮੁਰਗੇ ਮਰੇ ਦੇ ਪੈਸੇ ਮਿਲੇ, ਨਾ ਗੜੇਮਾਰੀ ਦੇ ਪੈਸੇ ਮਿਲੇ, ਤੇ ਕਿਸਾਨ ਜਿਹੜਾ ਐਂਡ ਤੇ ਆ ਕੇ ਸਿਰਫ ਤੇ ਸਿਰਫ ਫਾਹਾ ਲੈਣ ਨੂੰ ਮਜਬੂਰ ਹੋ ਜਾਂਦਾ, ਜਾਂ ਆਪਦੇ ਜਵਾਕ ਕਿਵੇਂ ਨਾ ਕਿਵੇਂ ਬਾਹਰ ਭੇਜਣ ਨੂੰ ਮਜਬੂਰ ਹੋ ਜਾਂਦਾ, ਤੇ ਹੋਰ ਦੱਸੋ ਬੰਦਾ ਕਰੇਗੀ? ਸੋ ਸਰਕਾਰਾਂ ਨੂੰ ਬੇਨਤੀ ਆ ਤੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਆ ਜਾਂ ਹੋਰ ਬੰਦਿਆਂ ਨੂੰ ਬੇਨਤੀ ਆ ਜਿਹੜੇ ਸਿਰਫ ਤੇ ਸਿਰਫ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਆ, ਉਹ ਕਿਸਾਨਾਂ ਨੂੰ ਟਾਰਗੇਟ ਕਰਨਾ ਛੱਡ ਦੇਣ। ਉਹ ਜੇ ਟਾਰਗੇਟ ਕਰਨਾ ਪ੍ਰਦੂਸ਼ਣ ਵਾਲਿਆਂ ਨੂੰ, ਪ੍ਰਦੂਸ਼ਣ ਕੰਟਰੋਲ ਬੋਰਡ ਨੂੰ, ਪਾਣੀ ਵਾਲਿਆਂ ਨੂੰ, ਜਾਂ ਆਪਾਂ ਕਹਿ ਲਈਏ ਫੈਕਟਰੀਆਂ ਨੂੰ, ਉਹਨਾਂ ਨੂੰ ਟਾਰਗੇਟ ਕਰਨ, ਤੇ ਫਿਰ ਪਤਾ ਲੱਗੇ ਕਿ ਹਾਂ ਕਿ ਕੀ ਬੀਜਦੀ ਆ। ਸਾਰਾ ਕੁਝ ਫੇਲ ਹੋ ਜਾਂਦਾ ਜਦੋਂ ਪੈਸੇ ਕਮਿਸ਼ਨ ਅੱਗੇ ਆ ਜਾਂਦਾ, ਸਾਰੇ ਜਿਹੜੇ ਸਰਟੀਫਿਕੇਟ ਆ ਉਹ ਫੇਲ ਕਰ ਦਿੱਤੇ ਜਾਂਦੇ ਆ। ਸੋ ਸਿਰਫ ਤੇ ਸਿਰਫ ਕਿਸਾਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ, ਟਾਰਗੇਟ ਕਰਨਾ ਤਾਂ ਸਿਰਫ ਤੇ ਸਿਰਫ ਫੈਕਟਰੀਆਂ ਨੂੰ, ਜਾਂ ਆਪਾਂ ਕਹਿਣਗੇ ਕਿ ਜਿਹੜੇ ਪਾਣੀ ਦੀ ਖਪਤ ਕਰਦੇ ਆ ਜ਼ਿਆਦਾ, ਪਾਣੀ ਜਿਹੜਾ ਗੰਦਾ ਪਾਣੀ ਆ ਉਹ ਇੱਧਰ ਜ਼ਮੀਨ ਦੇ ਵਿੱਚ ਛੱਡਦੇ ਆ, ਜ਼ਮੀਨ ਦੇ ਵਿੱਚ ਛੱਡ ਕੇ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਫੈਲਦੀਆਂ, ਜਾਂ ਜ਼ਮੀਨ ਨੂੰ ਆਪਾਂ ਕਹਿਣਗੇ ਜਾਂ ਨਹਿਰਾਂ ਜਾਂਦੀਆਂ ਜਿਹੜੀਆਂ ਮੇਨ, ਉਹਨਾਂ ਨਹਿਰਾਂ ਦੇ ਵਿੱਚ ਛੱਡਦੇ ਆ, ਉਹ ਵੀ ਪਾਣੀ ਪੂਰਾ ਗੰਦਲਾ ਹੁੰਦਾ, ਕਿਉਂਕਿ ਨਹਿਰਾਂ ਤੇ ਹੀ ਜਿੰਨੇ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਪਾਣੀ ਨਹੀਂ ਵਧੀਆ ਉੱਥੇ ਨਹਿਰਾਂ ਤੋਂ ਉਹੀ ਜਿਹੜਾ ਸੀਵਰੇਜ ਪਾ ਕੇ ਜਾਂ ਹੋਰ ਸਿਸਟਮ ਕ੍ਰੀਏਟ ਕਰਕੇ ਉੱਥੇ ਜਿਹੜਾ ਪਾਣੀ ਆ ਉਹ ਜਿਹੜਾ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ ਉਹ ਵੀ ਉਹੀ ਗੰਦਲਾ ਪਾਣੀ ਹੁੰਦਾ। ਸੋ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ, ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ, ਤੇ ਸਿਰਫ ਟਾਰਗੇਟ ਇਕੱਲੇ ਕਿਸਾਨ ਨੂੰ ਨਹੀਂ, ਕਿਸਾਨ ਸਿਰਫ ਇੰਨਾ ਕੁ ਜ਼ਿੰਮੇਵਾਰ ਆ, ਪਰ ਜਿਹੜੀਆਂ ਸਰਕਾਰਾਂ ਤੇ ਫੈਕਟਰੀਆਂ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।